ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ ਵੀ ਰਵੀ ਨੂੰ ਆਪਣੇ ਨੂੰ ਪੀਜ਼ਾ ਕਿੰਨਾ ਜ਼ਿਆਦਾ ਪਸੰਦ ਆ। ਜਦੋਂ ਤੱਕ ਮਹਿਕ ਸੀਗੀ ਉਹ ਆਪਣਾ ਘਰੇ ਬਣਾ ਬਣਾ ਪੀਜ਼ਾ ਖਾਂਦਾ ਰਹਿੰਦਾ ਸੀ। ਉਹਦਾ ਮੈਨੂੰ ਫੋਨ ਆਇਆ ਸੀ, ਕਹਿੰਦਾ ਜੇ ਇੱਧਰ ਨੂੰ ਲੰਘਦਾ ਵੜਦਾ ਹੋਇਆ ਕਹਿੰਦਾ ਆਪਾਂ ਪੀਜ਼ਾ ਖਾ ਕੇ ਆਵਾਂਗੇ। ਮੈਂ ਕਿਹਾ ਚਲੋ ਵਾਈ ਨਾਟ। ਤੇ ਮੈਂ ਹੁਣ ਵੈਸੇ ਸਪੈਸ਼ਲੀ ਆਇਆ ਵਾ, ਇਦੋਂ ਬਾਅਦ ਮੈਨੂੰ ਤੇ ਰਵੀ ਨੂੰ ਥੋੜਾ ਜਿਹਾ ਕੰਮ ਹੈਗਾ ਕਿਤੇ। ਰਵੀ ਨੂੰ ਮੈਂ ਫੋਨ ਕਰਤਾ, ਮੈਂ ਕਿਹਾ ਬਾਹਰ ਆ ਜਾ ਤੇ ਹੁਣ ਆਪਾਂ ਪੀਜ਼ਾ ਖਾਣ ਚੱਲਦੇ ਆ। ਤੇ ਜਿਹੜੀ ਅੱਜ ਲੋਕੇਸ਼ਨ ਤੇ ਆਪਾਂ ਪੀਜ਼ਾ ਖਾਣ ਜਾ ਰਹੇ ਆ ਉਹ ਵੀ ਬਹੁਤ ਹੀ ਯੂਨੀਕ ਆ। ਬਸ ਹੁਣ ਰਵੀ ਦੀ ਵੇਟ ਹੋ ਰਹੀ ਆ ਜੀ। ਰੈਡੀ ਆ? ਖਾਧਾ ਤਾਂ ਨਹੀਂ ਕੁਛ? ਜਮਾਂ ਨਹੀਂ ਖਾਧਾ। ਇੱਕ ਚੀਜ਼ ਖਾਧੀ ਕੀ? ਔਲਾ। ਵੈਰੀ ਹੈਲਦੀ ਲਾਈਫ। ਮੈਂ ਕਿਹਾ ਪਾਣੀ ਤਾਂ ਖਾਲੀ ਕਰਦੀ ਆ। ਵੈਰੀ ਹੈਲਦੀ ਲਾਈਫ ਸਟਾਈਲ ਪਹਿਲਾਂ ਵਾਲਾ ਹੁਣ ਪੀਜ਼ਾ। ਰਵੀ ਮੈਂ ਗੱਲ ਪੁੱਛਣੀ ਚਾਹੁੰਦਾ, ਤੈਨੂੰ ਮੈਕ ਦੀ ਵੱਧ ਜ਼ਿਆਦਾ ਆਉਂਦੀ ਆ ਕਿ ਮੈਕ ਦੇ ਪੀਜ਼ੇ ਦੀ? ਨਹੀਂ ਮੈਨੂੰ ਠੀਕ, ਮਤਲਬ ਕਿ ਰਿੱਕੀ ਹੈਗਾ ਕੰਮ ਕੁੰਮ ਕਰਨ ਦਾ। ਨਹੀਂ ਕੰਮ ਹੀ ਸਿੰਪਲ ਆਪਣਾ ਤਾਂ ਯਾਰ, ਰੋਟੀ ਰੋਟੀ ਖਾਣੀਆਂ ਨੇ ਆਪਾਂ ਤਾਂ। ਹੁਣ ਇੱਕ ਦਿਨ ਨੂਡਲਾਂ ਬਣਾ ਲਈਆਂ ਸੀ, ਨੂਡਲਾਂ ਸਵਾਦ ਬਣ ਗਿਆ, ਹੁਣ ਰਿੱਕੀ ਨੂਡਲਾਂ 'ਤੇ ਹੋ ਗਿਆ। ਮੈਨੂੰ ਲੱਗਦਾ ਵੋਟਾਂ 'ਚ ਖੜ ਸਕਦਾ। ਵੈਰੀ ਡਿਪਲੋਮੈਟਿਕ ਆਨਸਰ ਯਾਰ ਗਾਇਸ, ਵੈਰੀ ਡਿਪਲੋਮੈਟਿਕ ਆਨਸਰ। ਇੱਕ ਤਾਂ ਯਾਰ ਉਹਦੇ ਕਹਿਣੇ ਵਾਲਾ ਵਾ ਇਹਨਾਂ ਨੂੰ, ਤੁਹਾਡੇ ਤੇ ਕੰਸਟਰਕਸ਼ਨ ਹੀ ਚੱਲਦੀ ਰਹਿੰਦੀ ਯਾਰ। ਕੋਰੇ ਖਰਾਬ ਹੋਏ ਹੀ ਰਹਿੰਦਾ, ਪੁਰਾਣਾ ਸਿਸਟਮ ਆ ਸਾਰਾ ਥੱਲਾ। ਫਿਰ ਬੰਦਾ ਕਹਿੰਦਾ ਟੈਕਸ ਕਿ ਇੰਨਾ ਲਈ ਜਾਂਦੇ ਨੇ। ਹਾਂ ਇਹ ਕੰਮ ਵੀ ਚੱਲਦੇ ਰਹਿ ਰਹੇ, ਇੰਨੇ ਬੰਦੇ ਨੂੰ ਤਨਖਾਹ ਦੇ। ਐਨਬ੍ਰਿਜ ਵਾਲੇ ਆਏ ਹੋਏ ਨੇ, ਐਨਬ੍ਰਿਜ ਵਾਲੇ ਕਿੰਨੇ ਜਾਣੇ ਆਏ ਨੇ ਉਰੇ? ਜਦੋਂ ਦੇ ਅਸੀਂ ਆਏ ਆ ਸਟਰੀਟ ਤੇ ਕਿੰਨੀ ਵਾਰ ਐਂ ਕੰਮ ਚੱਲਦਾ ਹੁੰਦਾ ਉਰੇ? ਇੱਕ ਵਾਰ ਕਹਿੰਦੇ ਹੋ ਗਿਆ ਸੀਗਾ, ਫਲੱਡ ਹੀ ਹੋ ਗਿਆ ਸੀ ਸਾਰੀਆਂ ਬੇਸਮੈਂਟਾਂ 'ਚ, ਸਿਸਟਮ ਪੁਰਾਣਾ ਸਾਰਾ। ਸੋ ਉਹਨੂੰ ਕਲੀਨ ਕੋ ਪਤਾ ਨਹੀਂ ਕੀ ਕਰਦੇ ਆ, ਕਹਿਣ ਨੂੰ ਕੋਈ ਚ ਪ੍ਰਭਾਵ ਪਾਈ ਚੱਲਦਾ। ਚਲ ਆਇਆ ਪਹਿਲਾਂ ਪੀਜ਼ਾ ਖਾਇਆ ਹੀ ਹੈ। ਕਿੱਥੇ ਬੈਠ ਕਰ ਲਾ ਮੈਂ ਤੁਹਾਨੂੰ? ਜਦੋਂ ਪਹਿਲਾਂ ਜੀ ਪੰਜਾਬੀ ਜਾਂ ਆਪਣੇ ਇੰਡੀਅਨਸ ਆਏ ਨੇ ਇਹਨਾਂ ਮੁਲਕਾਂ ਦੇ ਵਿੱਚ, ਉਦੋਂ ਤਾਂ ਉਰੇ ਜਿਹੜਾ ਵੈਜੀਟੇਰੀਅਨ ਫੂਡ ਸੀਗਾ ਬਹੁਤ ਹੀ ਘੱਟ ਮਿਲਦਾ ਸੀ, ਅੱਜ ਵੀ ਬਹੁਤ ਘੱਟ। ਇਹਨਾਂ ਨੂੰ ਪਤਾ ਹੀ ਨਹੀਂ ਸੀ ਕਨਸੈਪਟ। ਕਹਿੰਦੇ ਤੁਸੀਂ ਵੈਜ ਵੀ ਖਾਂਦੇ ਹੋ? ਸਬਵੇ ਵਾਲੇ ਕਹਿੰਦੇ ਤੁਸੀਂ ਸਾਨੂੰ ਵੈਜ ਟਿੱਕੀ ਦਈਏ, ਅਸੀਂ ਆ ਮੈਕੜੀ ਤੇ ਦੇਖ ਲਓ ਕੋਈ ਬਰਗਰ ਨਹੀਂ ਹੈਗਾ ਵੈਜ, ਹਨਾ ਇਦਾਂ ਇਦਾਂ। ਇਹਨਾਂ ਨੂੰ ਸਮਝ ਆ ਜਾਂਦੇ, ਆਪਾਂ ਬਾਹਰ ਜਾ ਕੇ ਕਹੀਏ ਕਿਤੇ ਮੈਕੜੀ, ਉਹਨਾਂ ਨੂੰ ਸਮਝ ਵੀ ਨਹੀਂ ਆਉਂਦੀ ਗੱਲ ਵੀ ਕੀ ਕਹਿਣਾ ਚਾਹੁੰਦੇ ਆ। ਤੇ ਹੁਣ ਤਾਂ ਚਲੋ ਹੌਲੀ ਹੌਲੀ ਆਪਣੇ ਏਰੀਆ ਦੇ ਵਿੱਚ ਤਾਂ ਜਿੱਥੇ ਜ਼ਿਆਦਾ ਪੰਜਾਬੀ ਗਏ, ਬ੍ਰੈਂਪਟਨ, ਸਰੀ, ਵੈਨਕੂਵਰ, ਇਹ ਸਾਰੇ ਸਭ ਪਾਸਿਆਂ 'ਚ ਉਰੇ ਫਿਰ ਵੀ ਵੈਜ ਫੂਡ ਦੇ ਆਪਸ਼ਨਸ ਬਹੁਤ ਹੋ ਗਏ। ਪਰ ਅੱਜ ਵੀ ਕੁਛ ਇਹੋ ਜਿਹੀ ਕਮਿਊਨਿਟੀਜ਼ ਨੇ, ਕੁਛ ਇਹੋ ਜਿਹੇ ਲੋਕ ਨੇ ਜਿਹੜੇ ਕਹਿੰਦੇ ਵੀ ਯਾਰ ਨਹੀਂ, ਅਸੀਂ ਪਿਓਰ ਵੈਜੀਟੇਰੀਅਨ ਰੈਸਟੋਰੈਂਟ 'ਤੇ ਹੀ ਖਾਣਾ ਜਿੱਥੇ ਸਾਰਾ ਕੁਛ ਹੀ 100% ਵੈਜ ਹੋਵੇ। ਤੇ ਅੱਜ ਰਵੀ ਨੂੰ ਆਪਾਂ ਪੀਜ਼ਾ ਖਵਾਉਣ ਵੀ ਜੀ ਉਹ ਜੀ ਇੱਕ ਲੋਕੇਸ਼ਨ 'ਤੇ ਲੈ ਕੇ ਆਏ। ਪਹਿਲਾਂ ਤੁਹਾਨੂੰ ਲੋਕੇਸ਼ਨ ਦਿਖਾ ਦਈਏ। ਲੋਕੇਸ਼ਨ ਹੈਗੀ ਜੀ ਮਿਸਟਰ ਸਿੰਘਸ ਪੀਜ਼ਾ, ਆਹ ਵਾਲਾ ਪੀਜ਼ਾ ਸਟੋਰ ਆ। ਇਹ ਹੈਗੀ ਇਹਨਾਂ ਦੀ ਬ੍ਰੈਂਪਟਨ ਵਾਲੀ ਲੋਕੇਸ਼ਨ। ਇਹਨਾਂ ਦੀਆਂ ਜੀ ਮਲਟੀਪਲ ਲੋਕੇਸ਼ਨਸ ਨੇ, ਜਿੱਦਾਂ ਇਹਨਾਂ ਦੀ ਇੱਕ ਲੋਕੇਸ਼ਨ ਹੈਗੀ ਆ ਮਾਲਟਨ ਦੇ ਵਿੱਚ, ਇੱਕ ਹੈਗੀ ਆ ਮਿਸੀਸਾਗਾ ਦੇ ਵਿੱਚ, ਤੁਸੀਂ ਗੂਗਲ 'ਤੇ ਪਾ ਕੇ ਸਰਚ ਕਰ ਲਿਓ। ਇਹਨਾਂ ਨੇ ਬਹੁਤ ਹੀ ਘੈਂਟ ਉਪਰਾਲਾ ਸ਼ੁਰੂ ਕੀਤਾ ਔਰ ਐਵਰੀਥਿੰਗ ਯਾਰ ਸਾਰਾ ਕੁਛ ਹੀ 100% ਵੈਜੀਟੇਰੀਅਨ ਆ। ਆਮ ਤੌਰ 'ਤੇ ਜਿੱਦਾਂ ਡਿਪਿੰਗ ਸੌਸ ਹੁੰਦੀ ਹੈ, ਕੋਈ ਹੋਰ ਇਸ਼ੂ ਹੁੰਦਾ ਵਾ, ਜਿੱਦਾਂ ਜਿਹੜੇ ਉਰੇ ਦੇ ਬੱਚੇ ਨੇ ਉਹਨਾਂ ਨੂੰ ਲੱਗਦਾ ਵੀ ਉਹ ਐੱਗ ਨੂੰ ਵੀ ਵੈਜੀਟੇਰੀਅਨ ਨੇ ਕੰਸਿਡਰ ਕਰਦੇ ਨੇ, ਹਨਾ ਇਹਦੇ ਉੱਤੇ ਡਿਬੇਟ ਬਹੁਤ ਚੱਲਦੀ ਹੈ, ਲੋਕ ਕਰਦੇ ਨੇ। ਪਰ ਆਪਣੇ ਇੰਡੀਆ ਦੇ ਵਿੱਚ ਜਿੰਨੀਆਂ ਵੀ ਕਮਿਊਨਿਟੀਆਂ ਨੇ, ਹਿੰਦੂ, ਜੈਨ, ਬੁੱਧ, ਆਪਣੇ ਸਿੱਖਿਜ਼ਮ ਦੇ ਵਿੱਚ ਵੀ ਆਪਾਂ ਅੰਡਾ ਵੀ ਨਹੀਂ ਖਾਂਦੇ ਹੈਗੇ, ਅੰਡੇ ਨੂੰ ਆਪਾਂ ਨੋਨ ਵੈਜ ਦੇ ਵਿੱਚ ਕਰਦੇ ਹਾਂ, ਸਿਰਫ ਆਪਣੇ ਹੁੰਦਾ ਵੀ ਡੇਰੀ ਪ੍ਰੋਡਕਟ ਆਪਾਂ ਯੂਜ਼ ਕਰਦੇ ਹਾਂ ਜਾਂ ਹਨੀ ਯੂਜ਼ ਕਰਦੇ ਹਾਂ ਜ਼ਿਆਦਾ। ਉਹਦੇ ਕਰਕੇ ਬਹੁਤ ਜਣੇ ਨੂੰ ਸਮੱਸਿਆ ਆਉਂਦੀ ਸੀਗੀ ਵੀ ਬਾਹਰ ਨਹੀਂ ਖਾਂਦੇ ਸੀਗੇ, ਕਈ ਬੰਦੇ ਬਹੁਤ ਹੋ ਗਿਆ ਵੀ ਉਹ ਇੰਡੀਆ ਜਾ ਕੇ ਖਾਂਦੇ ਨੇ ਜਾਂ ਘਰੇ ਬਣਾਉਂਦੇ ਨੇ, ਹਨਾ ਵੀ ਬਾਹਰ ਜੇ ਕੋਈ ਰਿਸ਼ਤੇਦਾਰ ਆ ਜਾਂਦਾ ਵਾ ਜਾਂ ਕੋਈ ਈਵੈਂਟ ਹੁੰਦਾ ਉਹਨਾਂ ਤੋਂ ਮੈਨੇਜ ਨਹੀਂ ਹੁੰਦੀਆਂ ਹੈਗੀਆਂ ਚੀਜ਼ਾਂ। ਸੋ ਜਿਹੜਾ ਇਦਾਂ ਦੇ ਉਪਰਾਲੇ ਨੇ ਇਦਾਂ ਦੀ ਬਹੁਤ ਲੋੜ ਆ, ਸਪੈਸ਼ਲੀ ਕਿਉਂਕਿ ਹੁਣ ਇੱਥੇ ਆਪਣੀ ਕਮਿਊਨਿਟੀ ਬਹੁਤ ਜ਼ਿਆਦਾ ਹੋ ਚੁੱਕੀ ਆ। ਤੇ ਵੈਸੇ ਵੀ ਕਹਿਣਾ ਚਾਹੁੰਦੇ ਜਿਵੇਂ ਇਦਾਂ ਦਾ ਕੋਈ ਵੀ ਉਪਰਾਲਾ ਕਰਦਾ ਨਾ ਮਿਸਟਰ ਸਿੰਘ ਵੀ ਜਮਾ ਵੈਜੀਟੇਰੀਅਨ ਫੂਡ ਕੈਨੇਡਾ ਦੇ ਵਿੱਚ ਵੇਚਣਾ ਵਾ, ਉਹਦੇ ਨਾਲ ਰਿਸਕ ਵੀ ਬਹੁਤ ਐਸੋਸੀਏਟਡ ਆ। ਜ਼ਿਆਦਾ ਰਿਸਕ, ਬਹੁਤ ਜ਼ਿਆਦਾ। ਕਈ ਬੰਦਿਆਂ ਨੇ ਟਰਾਈ ਵੀ ਕੀਤੀ ਹੋਵੇ, ਹੋ ਸਕਦਾ ਫੇਲ ਵੀ ਹੋ ਜਾਂਦਾ ਬੰਦਾ, ਫਿਰ ਬੰਦਾ ਕਹਿੰਦਾ ਵੀ ਚਲ ਆਪਾਂ ਮਿਕਸ ਜਿਹਾ ਕਰ ਲੈਂਦੇ ਹਾਂ। ਹਾਂ ਪਰ ਬਈ ਵੱਡਾ ਦਿਲ ਕਰਕੇ ਖੋਲਿਆ ਹੋਇਆ ਬਾਈ ਉਹਨਾਂ ਨੇ, ਕਾਰਨਰ ਕੱਟ ਕਰਨ ਲੱਗ ਜਾਂਦੇ ਆਪਾਂ। ਹੁਣ ਜਿੱਦਾਂ ਇੱਕ ਫਰੈਂਡ ਵੀ ਆ ਆਪਣਾ, ਹਨਾ, ਤੇ ਉਹਨਾਂ ਦੇ ਜਦੋਂ ਘਰੇ ਜਾਂਦੇ ਆ ਉਹ ਤਾਂ ਉਹ ਲਸਣ ਪਿਆਜ਼ ਵੀ ਨਹੀਂ ਖਾਂਦੇ ਹੈਗੇ, ਅੰਡਾ ਤਾਂ ਦੂਰ ਦੀ ਗੱਲ ਆ, ਉਹ ਗਰੋਸਰੀ 'ਚ ਲਿਆਉਂਦੇ ਨਹੀਂ ਹੈਗੇ, ਹਨਾ। ਉਹ ਜੇ ਉਹਨਾਂ ਨੇ ਪੀਜ਼ਾ ਦਾ ਉਹਨਾਂ ਨੂੰ ਮਤਲਬ, ਉਹ ਜਦੋਂ ਪੀਜ਼ੇ ਦਾ ਆਰਡਰ ਕਰੂਗਾ ਉਹ ਉਹਨਾਂ ਨੂੰ ਸਪੈਸ਼ਲ ਕਹੋ ਵੀ ਇਹਨੂੰ ਕੱਟਿਓ ਉਹਦੇ ਨਾਲ ਹੀ ਜਿਹਦੇ ਨਾਲ ਤੁਸੀਂ ਵੈਜੀਟੇਰੀਅਨ ਪੀਜ਼ਾ ਕੱਟਦੇ ਹੋ, ਜੇ ਤੇ ਪਿਆਜ਼ ਨਾ ਪਾਇਓ, ਲਸਣ ਵਾਲੀ ਗਾਰਲਿਕ ਵਾਲੀ ਚੀਜ਼ ਨਾ ਪਾਇਓ ਕੋਈ। ਹਾਂ ਉਹ ਜਮਾ ਆਪਣੇ ਤੋਂ ਵੀ ਜ਼ਿਆਦਾ ਵੈਜੀਟੇਰੀਅਨ ਆ ਬਾਈ, ਤੇ ਉਹ ਜਾਣੀ ਉਹਨਾਂ ਵਾਸਤੇ ਸਾਰਿਆਂ ਵਾਸਤੇ ਲੋਕੇਸ਼ਨ ਬਹੁਤ ਹੀ ਵਧੀਆ ਵਾ ਜੀ। ਤੇ ਬਾਕੀ ਹੁਣ ਆਪਾਂ ਅੰਦਰ ਚੱਲਦੇ ਹਾਂ, ਪੀਜ਼ਾ ਟਰਾਈ ਕਰਦੇ ਆ। ਮੈਂ ਤਾਂ ਇੱਕ ਵਾਰੀ ਇਹਨਾਂ ਦਾ ਪਹਿਲਾਂ ਖਾਧਾ ਹੋਇਆ, ਮੈਨੂੰ ਤਾਂ ਬੜਾ ਯਮੀ ਲੱਗਿਆ ਸੀ। ਹੁਣ ਰਵੀ ਦੇਖਦੇ ਆ, ਰਵੀ ਨੂੰ ਕਿਵੇਂ ਲੱਗਦਾ? ਨਹੀਂ ਵਧੀਆ ਲੱਗਦਾ ਯਾਰ, ਉਹ ਬੰਦੇ ਹਾਂ ਬੰਦ ਕਰ ਦੇ, ਚੈੱਕ ਕਰਨ ਵਾਲਾ ਸਿਸਟਮ ਉਹਨੂੰ ਚੈੱਕ ਕਰਾਉਣਾ ਚਾਹੀਦਾ। ਪੀਜ਼ਾ ਬੜਾ ਵਧੀਆ, ਮੈਕਰੋਨੀ ਵਧੀਆ ਲੱਗਦਾ ਸੀ ਪਹਿਲਾਂ, ਪਰ ਜੋ ਖਾਣ ਲੱਗ ਗਈ, ਘਰੇ ਬਣਾਉਣ ਲੱਗ ਗਈ, ਉਹਨੂੰ ਇੰਨਾ ਸਵਾਦ ਲੱਗਣ ਲੱਗ ਗਿਆ। ਹੁਣ ਮੇਰੇ ਨਾਲ ਵੱਧ ਉਹਨੂੰ ਲੱਗਿਆ ਹੁੰਦਾ ਵੀ ਪੀਜ਼ਾ ਬਣਾ ਲਈਏ, ਪਰ ਚੀਜ਼ ਪਿਆ ਪੀਜ਼ਾ ਬਣਾ ਲਈਏ, ਮੇਰੀ ਸੌਸ ਬਣਾਈ ਪਈ ਆ। ਸੋ ਉਹਨਾਂ ਦਾ ਘਰੇ ਵੀ ਬਹੁਤ ਸੌਸ ਪਈ ਆ, ਚਲ ਮੈਂ
ਤਾਂ ਦੇਖੋ ਤੈਨੂੰ ਦੇਖਣ ਨੂੰ ਲੱਗਣੇ ਨਹੀਂ ਵੀ ਇਹ ਵੈਜ ਨੇ ਲੇਖਾ ਇਹ ਵਾ ਗੋਭੀ ਆ ਗੋਭੀ ਭਲੇਖਾ ਪਾਉਂਦੇ ਆ ਭਲੇਖਾ ਪਾਉਂਦੀ ਆ ਦਿਸ ਪਰ ਯਾਰ ਰਵੀ ਉਹ ਵਿੱਚ ਤੋੜ ਕੇ ਦਿਖਾਈ ਜਮਾ ਹੀ ਉਹ ਲੱਗਦਾ ਕੰਮ ਹੈ ਨਾ ਮੈਂ ਆਏ ਨਾ ਸਮਝ ਕਿਉਂਕਿ ਮੈਨੂੰ ਜਮਾ ਵੈਜ ਹੀ ਲੱਗ ਰਿਹਾ ਮੈਂ ਪਹਿਲਾਂ ਆਈ ਯੂਜ਼ ਟੂ ਈਟ ਪਹਿਲਾਂ ਕੈਨੇਡਾ ਆਉਣ ਤੋਂ ਪਹਿਲਾਂ ਕੈਨੇਡਾ ਕਿਹਦੀ ਹੈ ਗਿਆ ਜਮਾ ਹੀ ਉਹੀ ਸ਼ੇਪ ਆ मेरी प्लेट पई है पिज़्ज़ा खा रहे पिज़्ज़े दे कलर देख लो कॉर्न है ना जिहड़ी आ मक्की दे दाणे ये मैनू कनेडा दे पिज़्ज़े दे अज तक मिले नहीं हैगे उरे ही मिले ने ਇੰਡੀਆ ਵਾਲੇ ਪੀਜ਼ੇ ਦੀ ਫੀਲ ਆਉਂਦੀ ਹੈ ਆ ਕੀ ਸੀ ਆਪਣਾ ਪਲਾਨ ਟੈਂਡਰ ਹੈ ਨਾ ਇਹ ਟੈਂਡਰ ਹੈ ਇਹ ਵੀ ਹੋ ਗਈ ਜੀ ਇਹ ਬਹੁਤ ਹੀ ਟੈਂਡਰ ਹੈ ਟੈਂਡਰ ਦਾ ਮਤਲਬ ਕੀ ਹੁੰਦਾ ਆਪਣੇ ਟਰੱਕਾਂ ਦਾ ਟੈਂਡਰ ਜਿਹਾ ਵੀ ਹੁੰਦਾ ਇੱਕ ਸਾਫਟ ਹੋ ਗਏ ਇਹ ਵੀ ਬਹੁਤ ਘੈਂਟ ਨੇ ਯਾਰ ਹਾਂ ਬਹੁਤ ਟੇਸਟੀ ਨੇ ਤੈਨੂੰ ਦੋਨਾਂ ਚ ਕਿਹੜਾ ਵਧੀਆ ਲੱਗਿਆ ਮੈਨੂੰ ਆ ਵਾਲੇ ਵਧੀਆ ਹਾਂ ਮੈਨੂੰ ਲੱਗਾ ਥੋੜੇ ਸਪਾਈਸੀ ਨੇ ਤਾਂ ਕਰਕੇ ਮੈਨੂੰ ਵਧੀਆ ਲੱਗੇ ਜਾ ਤੇ ਪੀਜ਼ਾ ਇੱਕ ਨੰਬਰ ਆ ਜੀ ਤੁਹਾਨੂੰ ਆਪਾਂ ਪੀਜ਼ੇ ਬਾਰੇ ਵੀ ਦੱਸਦੇ ਆ ਜੀ मेरी फैमिली भी बहुत लाइक करती है सो वेज चीज बहुत ऑप्शन ने बहुत स्वाद तरीके बनाया जा सकता है बटर आप भी बनाते अपने बटर पनीर पिज्जा है जो अपना कह दें ਤੇ ਪੀਜ਼ੇ ਦੀ ਯਾਰ ਇੱਕ ਖਾਸ ਗੱਲ ਆ ਚਲੋ ਮੈਂ ਤਾਂ ਦੋਨੇ ਤਰੀਕੇ ਦੇ ਟਰਾਈ ਕੀਤੇ ਹੋਏ ਨੇ ਪੀਜ਼ਾ ਵੈਜ ਹੀ ਵਧੀਆ ਲੱਗਦਾ ਪੀਜ਼ਾ ਵੈਜ ਹੀ ਵਧੀਆ ਲੱਗਦਾ ਪੀਜ਼ਾ ਤੋਂ ਚੰਗੇ ਆ ਮੈਨੂੰ ਤਾਂ ਇੱਦਾਂ ਹੀ ਵਧੀਆ ਲੱਗਦਾ ਜਾਂ ਬੱਚੇ ਚੀਜ਼ ਪੀਜ਼ਾ ਖਾਂਦੇ ਨੇ ਆਮ ਤੌਰ ਤੇ ਹਾਂ ਆਪਾਂ ਨੂੰ ਤਾਂ ਪਨੀਰ ਵਾਲਾ ਹੋ ਗਿਆ ਨਾ ਇੰਡੀਆ ਦੇ ਸਾਰਿਆਂ ਨੂੰ ਹੁੰਦਾ ਪਨੀਰ ਆ ਵਿਆਹ ਦੇ ਮੈਂ ਪਨੀਰ ਦੇ ਪਕੌੜੇ ਕਹਿੰਦੇ ਹੁੰਦੇ ਸੀ ਕਲਰਫੁਲ ਜਿਹਾ ਕਿੰਨਾ ਲੱਗ ਰਿਹਾ ਪੀਜ਼ਾ ਦਾ ਟੌਪਿੰਗਸ ਕਿੰਨੀਆਂ ਵਧੀਆ ਲੱਗ ਰਹੀਆਂ ਨੇ ਕਾਰਨ ਤੇ ਬਹੁਤ ਜ਼ਿਆਦਾ ਸਵਾਦ ਕਾਰਨ ਵੀ ਉਹਦਾ ਯੂਜ਼ ਨਹੀਂ ਕਰਦੇ ਜਦੋਂ ਟੌਪਿੰਗ ਜੇ ਤੁਸੀਂ ਦੇਖਿਆ ਉੱਥੇ ਲਿਖਿਆ ਸੀ ਉਹਦੇ ਤੇ ਵੀ 50 ਟੌਪਿੰਗਸ ਤੁਸੀਂ 50 ਟੌਪਿੰਗਸ ਦੇ ਵਿੱਚੋਂ ਸਿਲੈਕਟ ਕਰ ਸਕਦੇ ਹੋ ਕੋਈ ਵੀ ਟੌਪਿੰਗ ਹੋਵੇ ਮੇਨ ਗੱਲ ਆਉਂਦੀ ਹੁੰਦੀ ਹੈ ਕਿਸੇ ਵੀ ਡਿਪਿੰਗ ਸੌਸ ਤੇ ਆਮ ਤੌਰ ਤੇ ਇਹ ਨਹੀਂ ਮਿਲਦੀ ਹੁੰਦੀ ਆ ਕਦੀ ਓਲਿਵ ਆਇਲ ਵਾਲੀ ਮਿਲਦੀ ਹੁੰਦੀ ਆ ਗਾਰਲਿਕ ਪਾ ਕੇ ਉਹ ਸਵਾਦ ਨਹੀਂ ਹੁੰਦੀ ਤੇਲ ਹੀ ਹੁੰਦਾ ਸੋ ਇਹ ਵੈਜ ਨਹੀਂ ਮਿਲਦੀ ਹੈਗੀ ਵੈਸੇ ਅਸੀਂ ਤਾਂ ਉਰੀ ਖਾਣਾ ਸੀਗੇ ਪੀਜ਼ਾ ਪਰ ਸਾਨੂੰ ਇੰਨਾ ਵਧੀਆ ਲੱਗਿਆ ਅੰਗਦ ਨੂੰ ਵੀ ਪਸੰਦ ਆ ਬਹੁਤ ਪੀਜ਼ਾ ਅਸੀਂ ਸੋਚਦੇ ਆ ਵੀ ਹੁਣ ਇੱਕ ਘਰ ਵੀ ਲੈ ਚੱਲਦੇ ਆ ਵੀ ਉਹਨਾਂ ਨੇ ਕਹਿੰਦਾ ਸਾਨੂੰ ਲਿਆ ਕੇ ਨਹੀਂ ਦਿੱਤਾ ਹੈਗਾ ਤੁਹਾਨੂੰ ਉਹਨਾਂ ਦਾ ਵੀ ਰਿਵਿਊ ਦੱਸਾਂਗੇ ਵੀ ਉਹਨਾਂ ਨੂੰ ਕਿਵੇਂ ਲੱਗਿਆ ਆਂਦਾ ਰਹੀ ਗਿਆ ਸੀਗਾ ਜੀ ਇਹ ਇੰਡੀਆ ਵਾਲਾ ਲਿਮਕਾ ਕਲਰ ਦੇਖੋ ਤੁਸੀਂ ਬਹੁਤ ਹੀ ਯਮੀ ਆ ਵੀ ਬਹੁਤ ਟੇਸਟੀ ਆ ਸਾਨੂੰ ਜੀ ਉਰੇ ਕੋਈ ਮਿਲ ਗਿਆ ਸੀਗਾ ਪੀਜ਼ਾ ਸ਼ਾਪ ਦੇ ਵਿੱਚ ਹੀ ਉਹਨਾਂ ਨੇ ਕਾਫੀ ਪੁਰਾਣੇ ਆਏ ਹੋਏ ਨੇ ਉਹਨਾਂ ਨੇ ਕਾਫੀ ਆਪਣੀ ਨੌਲੇਜ ਸਾਡੇ ਨਾਲ ਸਾਂਝੀ ਕੀਤੀ ਵਧੀਆ ਲੱਗਿਆ ਨਾ ਬਹੁਤ ਵਧੀਆ ਗੱਲਾਂ ਸੀਗੀਆਂ 40 ਸਾਲ ਤੋਂ ਹੀ ਵੱਧ ਹੋ ਗਿਆ ਹਾਂ ਤੇ ਉਹ ਸੀਗੇ ਵੀ ਸੇਲਸ ਪਰਸਨ ਉਹਨਾਂ ਨੇ ਕਾਫੀ ਜਿਆਦਾ ਸੀਗੇ ਅਸੀਂ ਕਿੰਨੀ ਦਿਨ ਤੱਕ ਖੜੇ ਸਾਂਝੀ ਕਰਦੇ ਹਾਂਜੀ ਖੜੇ ਸੀਗੇ 1.5 ਘੰਟਾ ਹੋ ਗਿਆ ਸਾਨੂੰ ਖੜੇ ਰੂਰ ਪਰ ਚਲੋ ਤੇ ਹੁਣ ਅੱਗੇ ਆਪਾਂ ਨੂੰ ਥੋੜਾ ਜਿਹਾ ਕੰਮ ਆ ਉੱਥੇ ਜਾ ਕੇ ਆਉਂਦੇ ਆ ਆ ਘਰੇ ਆ ਕੇ ਫਿਰ ਅਸੀਂ ਓਵਨ ਚ ਰੱਖਤਾ ਸੀਗਾ ਜੀ ਪੀਜ਼ਾ ਤੇ ਥੋੜਾ ਜਿਹਾ ਮਿਲਾ ਜਿਆਦਾ ਆਪਾਂ ਵੈਲ ਡਨ ਕਰਤਾ ਅੰਗਦ ਨੇ ਤਾਂ ਖਾ ਲਿਆ ਜੀ ਅੰਗਦ ਤਾਂ ਪੀਜ਼ੇ ਦਾ ਡੱਬਾ ਦੇਖ ਕੇ ਰੌਲਾ ਪਾ ਲੈਂਦਾ ਵਾ ਮਮਾ ਪੀਹਾ ਪੀਹਾ ਨਹੀਂ ਪਿੱਜ਼ੀ ਕਹਿੰਦਾ ਹੁੰਦਾ ਮੰਮੀ ਪਿੱਜ਼ੀ ਆ ਦੇਖ ਇਹਦਾ ਹੁਣੇ ਆਇਆ ਤਾਂ ਨੱਕ ਜਿਹਾ ਬੰਦ ਇੰਨੀਆਂ ਵੈਜੀਟੇਬਲਸ ਦਾ ਮਿਕਸ ਜਿਹਾ ਸਵਾਦ ਆ ਰਿਹਾ ਤੇ 17 ਸਤੰਬਰ ਨੂੰ ਹੈਗੀ ਹੈ ਇਹਨਾਂ ਦੀ ਗ੍ਰੈਂਡ ਓਪਨਿੰਗ ਤੁਸੀਂ ਦੇਖ ਸਕਦੇ ਹੋ ਲਾਰਜ ਪੀਜ਼ਾ $9.99 ਦਾ ਹੋਊਗਾ ਆਲ ਡੇ ਉਸ ਦਿਨ ਤੇ ਬਾਕੀ ਹੋਰ ਵੀ ਆਫਰ ਹੋਣਗੇ ਲੋਕੇਸ਼ਨ ਉੱਪਰ ਦਿੱਤੀ ਹੋਈ ਆ ਜ਼ਰੂਰ ਪਹੁੰਚਿਓ